अगलिया खबरों पर चलिए। सदरन कैलिफोर्निया दे विच एक बहुत बड़ा जड़ा ड्रग का बस्ट होया जिदे विच 55 मिलियन डॉलर की कोकीन जो कि एक टन तो वध बन रही हैगी आ उसनों पुलिस ने सीज किया हैगा। डिटेक्टिव जो लॉस एंजलस स्पीड पुलिस डिपार्टमेंट के नाल आ उन्हां दे जड़ा गैंग ते नरकोटिक्स डिवीजन दी आ ते नाल दी नाल ग्लेंडेल पुलिस डिपार्टमेंट दी हेल्प दे नाल सैन गैब्रियल रिवरसाइड ते हिस्पेरिया वाला जो एरिया हैगा उत्थों ए एडा वड्डी जिहड़ी ड्रग दी अमाउंट आ ओहो फड़ी गई हैगी आ। वीडियो फुटेज उन्होंने जारी की हैगी पुलिस वालिया ने जिहदे विच कोकीन नूं काले रंग दियां जिहड़ियां इट्टां आ उन्हां दे विच रैप कीता होया सी ते डॉलरां दे भी बैग सीगे उहदे विच ते कई जिहड़े आ फायर आर्म्स आ ਉਹ ਵੀ ਫੜੇ ਗਏ ਹੈਗੇ ਆ। ਪੁਲਿਸ ਨੇ ਹਜੇ ਕੋਈ ਇਹ ਡਿਟੇਲ ਇਨਫੋਰਮੇਸ਼ਨ ਨਹੀਂ ਦਿੱਤੀ ਕਿਸ ਤਰ੍ਹਾਂ ਉਹਨਾਂ ਨੇ ਇਸ ਨੂੰ ਅਰੈਸਟ ਕੀ ਇਹ ਫੜਿਆ ਆ ਤੇ ਕਿਸ ਤਰ੍ਹਾਂ ਵੀ ਕੋਈ ਲੋਕ ਵੀ ਜਿਹੜੇ ਅਰੈਸਟ ਕੀਤੇ ਗਏ ਆ ਜਿਨ੍ਹਾਂ ਦੇ ਕੋਲੋਂ ਇਹ ਡਰੱਗ ਫੜੀ ਗਈ ਹੈਗੀ ਆ। ਸੋ ਸਸਪੈਕਟਡ ਕਹਿੰਦੇ ਕੋਕੀਨ ਡੀਲਰ ਜੋ ਆ ਉਸਨੇ ਇੱਕ ਪੁਲਿਸ ਆਫਿਸਰ ਨੂੰ ਅਸੌਲਟ ਵੀ ਕੀਤਾ ਸੀ ਤੇ ਉਸ ਟਾਈਮ ਤੇ ਜਦੋਂ ਪਤਾ ਚੱਲਿਆ ਵੀ ਇਹ ਇਸ ਦੇ ਕੋਲ ਤਾਂ ਬਹੁਤ ਵੱਡੇ ਅਮਾਉਂਟ ਦੇ ਵਿੱਚ ਡਰੱਗ ਹੈਗੇ ਆ। जी अगली गल करिए साबका उपराष्ट्रपति माइक पेंस कहिंदे ग्रोव सिटी कॉलेज दे विच हुण पढ़ाया करनगे। इन्हां नूं जिहड़ी टीचिंग जॉब आ उह मिली आ एक क्रिश्चन स्कूल आ पेंसिलवेनिया दे विच। इंस्टीट्यूट फॉर फेथ एंड फ्रीडम कॉन्फ्रेंस दे उत्ते कॉलेज दे विच उत्थे भाषण दे रहे सी जिहदे इज़राइल हमास वार नूं लैके ते एंटी सैमिटिज़म दे उत्ते ਇਹਨਾਂ ਦਾ ਭਾਸ਼ਣ ਜਿਹੜਾ ਹੋ ਰਿਹਾ। ਕਾਲਜ ਨੇ ਅਨਾਊਂਸ ਕੀਤਾ ਸੀਗਾ ਵੀ ਉਹ ਇੱਕ ਸੈਂਟਰ ਫਾਰ ਫੇਥ ਐਂਡ ਪਬਲਿਕ ਲਾਈਫ ਸੈਂਟਰ ਜਿਹੜਾ ਉਹ ਸਟੈਬਲਿਸ਼ ਕਰ ਰਹੇ ਆ ਤੇ ਪੈਂਸ ਜਿਹੜੇ ਮਾਈਕ ਪੈਂਸ ਆ ਉਹ ਹੁਣ ਇੱਥੇ ਪੜ੍ਹਾਇਆ ਕਰਨਗੇ। ਸੋ ਇਹ ਜਿਹੜੀ ਇੱਕ ਨਵੀਂ ਜਿਹੜੀ ਚੀਜ਼ ਇਹਨਾਂ ਦੇ ਲਈ ਹੋਈ ਆ। ਉਪ ਰਾਸ਼ਟਰਪਤੀ ਤੋਂ ਬਾਅਦ 'ਚ ਇਹਨਾਂ ਨੇ ਇਸ ਰਾਸ਼ਟਰਪਤੀ ਕੈਂਪੇਨ ਦੇ ਵਿੱਚ ਟਰਾਈ ਤਾਂ ਕੀਤੀ ਸੀਗੀ ਆਪਣਾ ਨਾਮ ਜਿਹੜਾ ਚਮਕਾਉਣ ਦੀ ਜਾਂ ਅੱਗੇ ਆਉਣ ਦੇ ਲਈ ਪਰ ਸਾਰੇ ਜਿਹੜੇ ਉਹ ਪਿੱਛੇ ਰਹਿ ਗਏ ਸੀਗੇ। ਸੋ ਹੁਣ ਇੱਥੇ ਇਹ ਪੜ੍ਹਾਈ ਜਿਹੜੀ ਉਹ ਕਰਾਇਆ ਕਰਨਗੇ। ਜੀ ਸੋ ਤੁਹਾਨੂੰ ਦੱਸਦੇ ਜੀ ਮਾਈਕ ਪੈਂਸ ਇੰਡੀਆਨਾ ਦੇ ਜਿਹੜੇ ਆ ਗਵਰਨਰ ਵੀ ਰਹਿ ਚੁੱਕੇ ਹੈਗੇ ਆ ਤੇ ਉਹ ਚਰਚ ਦੇ ਵਿੱਚ ਵੀ ਐਜ਼ ਏ ਉਹਨਾਂ ਨੇ ਪ੍ਰੀਸਟ ਵੀ ਕੁਝ ਸਮਾਂ ਕੰਮ ਕੀਤਾ ਤੇ 5 ਸਾਲ ਉਹ ਐਜ਼ 5 ਸਾਲ ਉਹ ਰੇਡੀਓ ਹੋਸਟ ਵੀ ਰਹੇ ਆ। ਸੋ ਉਹਨਾਂ ਨੂੰ ਜਿਹੜੀ ਬੋਲਣ ਤੇ ਜਿਹੜੀ ਉਹਨਾਂ ਦੀ ਕਮਾਂਡ ਆ ਉਹਦੇ ਤੇ ਜਿਹੜਾ ਕ੍ਰਿਸਚੀਅਨ ਧਰਮ ਆ ਉਹਦੇ ਤੇ ਕਾਫੀ ਜ਼ਿਆਦਾ ਜਿਹੜਾ ਨੌਲੇਜ ਹੈਗਾ।